ਇਲਾਕਾ ਵਾਸੀਆਂ ਨੂੰ ਬੇਨਤੀ ਆ ਹਿਊਮਨ ਰਾਈਟ ਪ੍ਰੈਸ ਕਲੱਬ ਸ਼ਾਹਕੋਟ ਵੱਲੋਂ ਸੁਤੰਤਰ ਦਿਵਸ ਮੌਕੇ 'ਤੇ 18ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ, ਜੋ ਕਿ ਅੱਜ ਕੱਲ੍ਹ ਐਲਥੀਸੀਮੀਆ ਦੀ ਬਿਮਾਰੀ ਬੱਚਿਆਂ 'ਚ ਬਹੁਤ ਫੈਲ ਰਹੀ ਹੈ, ਸੈੱਲ ਘੱਟਦੇ ਨੇ, ਹੋਰ ਲੋੜ ਪੈਣ 'ਤੇ ਕਿਸੇ ਨੂੰ ਵੀ ਖੂਨਦਾਨ ਦਿੱਤਾ ਜਾ ਸਕਦਾ, ਕਿਸੇ ਦੀ ਜਾਨ ਬਚ ਸਕਦੀ ਆ। ਮੈਂ ਇਲਾਕੇ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਨੌਜਵਾਨ ਆਉਣ, ਖੂਨਦਾਨ ਕਰਨ ਅਤੇ ਸੁਤੰਤਰ ਦਿਵਸ ਮੌਕੇ 'ਤੇ ਇਹ ਨੂੰ ਸਮਰਪਿਤ ਕੀਤਾ ਜਾਣਾ ਦਾ ਬਲੱਡ ਕੈਂਪ ਆ ਹਿਊਮਨ ਰਾਈਟ ਕਲੱਬ ਵੱਲੋਂ। ਮਿਤੀ 15 ਅਗਸਤ 2024 ਦਿਨ ਵੀਰਵਾਰ ਨੂੰ ਮਿਸ਼ਨ ਹੋਸਪਿਟਲ, ਸ਼੍ਰੀ ਗੁਰੂ ਰਾਮਦਾਸ ਹੋਸਪਿਟਲ ਮਿਸ਼ਨ ਹੋਸਪਿਟਲ, ਇੱਥੇ ਲਗਾਇਆ ਜਾ ਰਿਹਾ। ਸਵੇਰੇ 10 ਵਜੇ ਤੋਂ 2 ਵਜੇ ਤੱਕ ਗੰਗਾ ਹੋਸਪਿਟਲ ਜਨਤਕ ਤੋਂ ਟੀਮ ਆਏਗੀ, ਉਹ ਸਾਡਾ ਜਿਹੜਾ ਖੂਨ ਲਊਗੀ ਆਪਣੇ ਕੋਲ ਸਾਂਭ ਕੇ ਰੱਖੇਗੀ, ਲੋੜ ਪੈਣ 'ਤੇ ਵਰਤਿਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਨਮਸਕਾਰ, ਜੈ ਹਿੰਦ ਜੀ। ਮੈਂ ਰੂਪਲਾਲ ਸ਼ਰਮਾ, ਜਨਰਲ ਸਕੱਤਰ ਹਿਊਮਨ ਰਾਈਟਸ ਪ੍ਰੈਸ ਕਲੱਬ ਰਜਿਸਟਰ ਪੰਜਾਬ। ਸਾਡੀ ਸੰਸਥਾ ਵੱਲੋਂ 15 ਅਗਸਤ ਦਿਨ ਵੀਰਵਾਰ ਨੂੰ ਸੁਤੰਤਰਤਾ ਦਿਵਸ ਨੂੰ ਸਮਰਪਿਤ 18ਵਾਂ ਖੂਨਦਾਨ ਕੈਂਪ ਸ਼ਾਹਕੋਟ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਮਿਸ਼ਨ ਹੋਸਪਿਟਲ ਵਿਖੇ ਲਗਾਇਆ ਜਾ ਰਿਹਾ ਵਾ। ਮੈਂ ਇਲਾਕੇ ਦੇ ਵੱਧ ਨੌਜਵਾਨਾਂ ਨੂੰ ਅਪੀਲ ਕਰਦਾ ਉਸ ਦਿਨ ਆਉਣ, ਆਪਾਂ ਬਲੱਡਦਾਨ ਕਰਨ ਔਰ ਆਜ਼ਾਦੀ ਦਿਵਸ ਵਿੱਚ ਆਪਣਾ ਯੋਗਦਾਨ ਪਾਉਣ। ਇਹ ਜੋ ਕੈਂਪ ਅਸੀਂ ਲਗਾ ਰਹੇ ਹਾਂ ਮਿਸ਼ਨ ਹੋਸਪਿਟਲ ਦੇ ਡਾਕਟਰਾਂ ਦੀ ਟੀਮ ਦੀ ਸਹਿਯੋਗ ਨਾਲ, ਡਾਕਟਰ ਰਜਿੰਦਰ ਕੁਮਾਰ ਜੀ ਉਹ ਜਿਹੜੇ ਸਾਨੂੰ ਉਹਨਾਂ ਨੇ ਸਾਰਾ ਅਰੇਂਜਮੈਂਟ ਕਰਕੇ ਦਿੱਤਾ ਵਾ। ਬਲੱਡ ਬੈਂਕ ਜਿਹੜੀ ਹੈ ਜਲੰਧਰ ਤੋਂ ਆ ਰਹੀ ਹੈ, ਗੰਗਾ ਬਲੱਡ ਬੈਂਕ ਵਾਲੇ ਆ ਰਹੇ ਆ। ਇਹ ਜਿਹੜਾ ਖੂਨ ਕੀਤਾ ਹੋਇਆ, ਦਾਨ ਕੀਤਾ ਹੋਇਆ ਕਿਸੇ ਨੇ ਸਾਡੇ ਕਿਸੇ ਨੇ ਕੰਮ ਵਾਲਾ ਵਾ, ਕਿਸੇ ਨੇ ਕਿਹਾ ਸੀ ਕਿ ਜਦੋਂ ਬਚਦੀ ਕਿਸੇ ਆਪਣੇ ਦੀ ਜਾਨ ਪਤਾ ਲੱਗਦਾ ਕੀ ਹੁੰਦਾ ਵਾ ਖੂਨਦਾਨ। ਉਸ ਟਾਈਮ ਜਦੋਂ ਕੋਈ ਸਾਡਾ ਪੇਸ਼ੈਂਟ ਜਾਂ ਸਾਡਾ ਭੈਣ ਭਰਾ ਹੋਸਪਿਟਲ ਦਾਖਲ ਹੁੰਦਾ, ਸਾਨੂੰ ਸਭ ਤੋਂ ਪਹਿਲਾਂ ਜ਼ਰੂਰਤ ਪੈਂਦੀ ਹੈ ਬਲੱਡ ਦੀ। ਜੇ ਅਸੀਂ ਅੱਜ ਖੂਨਦਾਨ ਕੀਤਾ ਹੋਊਗਾ ਤਦ ਹੀ ਅਸੀਂ ਕਿਸੇ ਵੱਲੋਂ ਦਾਨ ਕੀਤਾ ਖੂਨ ਜਿਹੜਾ ਵਾ ਲੈ ਕੇ ਆਪਣੇ ਭੈਣ ਭਰਾ ਦੀ, ਆਪਣੇ ਰਿਸ਼ਤੇਦਾਰ ਦੀ ਜਾਨ ਜਾਨ ਬਚਾ ਸਕਦੇ ਹਾਂ। ਔਰ ਖੂਨਦਾਨ ਕਰਨ ਨਾਲ ਜਿਹੜੇ ਦੋ ਲੋਕਾਂ ਦੀ ਜਿਹੜੀ ਜਾਨ ਬਚਦੀ ਆ, ਉਹਨਾਂ ਦਾ ਖੂਨ ਦੇਣ ਵਾਲਾ ਬੰਦਾ ਤੰਦਰੁਸਤ ਰਹਿੰਦਾ ਵਾ, ਉਹ ਜਿਹੜੇ ਬੰਦੇ ਨੂੰ ਖੂਨ ਲਗਾਇਆ ਜਾਂਦਾ ਵਾ ਉਹ ਸਿਹਤਮੰਦ ਹੋ ਜਾਂਦਾ ਵਾ। ਇਸ ਕਰਕੇ ਜਿਹੜਾ ਖੂਨਦਾਨ ਆ ਇੱਕ ਮਹਾਂਦਾਨ ਆ, ਹਰ ਇੱਕ ਬੰਦੇ ਨੂੰ ਜਿਹੜਾ ਆਪਣੀ ਜ਼ਿੰਦਗੀ 'ਚ ਖੂਨਦਾਨ ਕਰਦੇ ਰਹਿਣਾ ਚਾਹੀਦਾ ਵਾ। ਔਰ ਮੇਰੀ ਇੱਕ ਵਾਰੀ ਫਿਰ ਅਪੀਲ ਆ ਕਿ 15 ਅਗਸਤ ਦਿਨ ਵੀਰਵਾਰ ਨੂੰ ਵੱਧ ਤੋਂ ਵੱਧ ਮਿਸ਼ਨ ਹੋਸਪਿਟਲ ਪਹੁੰਚੋ, ਇਲਾਕੇ ਦੇ ਲੋਕਾਂ ਨੂੰ ਨੌਜਵਾਨ ਅਪੀਲ ਆ ਔਰ ਖੂਨਦਾਨ ਕਰਕੇ ਇਸ ਆਜ਼ਾਦੀ ਦੇ ਹਰਿਆ 'ਚ ਆਪਣਾ ਯੋਗਦਾਨ ਪਾਓ। ਧੰਨਵਾਦ। ਵਾਸੀਆਂ ਨੂੰ ਬੇਨਤੀ ਆ ਹਿਊਮਨ ਰਾਈਟ ਪ੍ਰੈਸ ਕਲੱਬ ਸ਼ਾਹਕੋਟ ਵੱਲੋਂ ਸੁਤੰਤਰ ਦਿਵਸ ਮੌਕੇ 'ਤੇ 18ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ, ਜੋ ਕਿ ਅੱਜ ਕੱਲ੍ਹ ਐਲਥੀਸੀਮੀਆ ਦੀ ਬਿਮਾਰੀ ਬੱਚਿਆਂ 'ਚ ਬਹੁਤ ਫੈਲ ਰਹੀ ਹੈ, ਸੈੱਲ ਘੱਟਦੇ ਨੇ, ਹੋਰ ਲੋੜ ਪੈਣ 'ਤੇ ਕਿਸੇ ਨੂੰ ਵੀ ਖੂਨਦਾਨ ਦਿੱਤਾ ਜਾ ਸਕਦਾ, ਕਿਸੇ ਦੀ ਜਾਨ ਬਚ ਸਕਦੀ ਆ। ਮੈਂ ਇਲਾਕੇ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਨੌਜਵਾਨ ਆਉਣ, ਖੂਨਦਾਨ ਕਰਨ ਅਤੇ ਸੁਤੰਤਰ ਦਿਵਸ ਮੌਕੇ 'ਤੇ ਇਹ ਨੂੰ ਸਮਰਪਿਤ ਕੀਤਾ ਜਾਣਾ ਦਾ ਬਲੱਡ ਕੈਂਪ ਆ ਹਿਊਮਨ ਰਾਈਟ ਕਲੱਬ ਵੱਲੋਂ। ਮਿਤੀ 15 ਅਗਸਤ 2024 ਦਿਨ ਵੀਰਵਾਰ ਨੂੰ ਮਿਸ਼ਨ ਹੋਸਪਿਟਲ, ਸ਼੍ਰੀ ਗੁਰੂ ਰਾਮਦਾਸ ਹੋਸਪਿਟਲ ਮਿਸ਼ਨ ਹੋਸਪਿਟਲ, ਇੱਥੇ ਲਗਾਇਆ ਜਾ ਰਿਹਾ। ਸਵੇਰੇ 10 ਵਜੇ ਤੋਂ 2 ਵਜੇ ਤੱਕ ਗੰਗਾ ਹੋਸਪਿਟਲ ਜਨਤਕ ਤੋਂ ਟੀਮ ਆਏਗੀ, ਉਹ ਸਾਡਾ ਜਿਹੜਾ ਖੂਨ ਲਊਗੀ ਆਪਣੇ ਕੋਲ ਸਾਂਭ ਕੇ ਰੱਖੇਗੀ, ਲੋੜ ਪੈਣ 'ਤੇ ਵਰਤਿਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਨਮਸਕਾਰ, ਜੈ ਹਿੰਦ ਜੀ। ਮੈਂ ਰੂਪਲਾਲ ਸ਼ਰਮਾ, ਜਨਰਲ ਸਕੱਤਰ ਹਿਊਮਨ ਰਾਈਟਸ ਪ੍ਰੈਸ ਕਲੱਬ ਰਜਿਸਟਰ ਪੰਜਾਬ। ਸਾਡੀ ਸੰਸਥਾ ਵੱਲੋਂ 15 ਅਗਸਤ ਦਿਨ ਵੀਰਵਾਰ ਨੂੰ ਸੁਤੰਤਰਤਾ ਦਿਵਸ ਨੂੰ ਸਮਰਪਿਤ 18ਵਾਂ ਖੂਨਦਾਨ ਕੈਂਪ ਸ਼ਾਹਕੋਟ
ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਮਿਸ਼ਨ ਹੋਸਪਿਟਲ ਵਿਖੇ ਲਗਾਇਆ ਜਾ ਰਿਹਾ ਵਾ। ਮੈਂ ਇਲਾਕੇ ਦੇ